ਪੰਜਾਬ ਦੇ ਵਿੱਚ ਸਾਰੇ ਸਰਕਾਰੀ ਦਫ਼ਤਰ ਅੱਜ 2 ਘੰਟੇ ਦੀ ਦੇਰੀ ਨਾਲ ਯਾਨੀ ਕਿ 9 ਵਜੇ ਦੀ ਬਜਾਏ ਸਵੇਰੇ 11 ਵਜੇ ਖੁੱਲਣਗੇ ਤੇ ਸਾਰੇ ਸੇਵਾ ਕੇਂਦਰ ਵੀ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੰਮ ਕਰਨਗੇ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਉਣਗੇ ਕੱਲ ਤੋਂ ਸਾਰੇ ਸੇਵਾ ਕੇਂਦਰ ਤੇ ਸਰਕਾਰੀ ਅਦਾਰੇ ਆਪਣੇ ਨਿਰਧਾਰਿਤ ਸਮੇਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਖੁੱਲਣਗੇ ਯਾਨੀ ਕਿ ਅੱਜ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ 2 ਘੰਟੇ ਦੀ ਛੁੱਟੀ ਕੀਤੀ ਗਈ ਹੈ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਵੀ ਜ਼ਿਆਦਾਤਰ ਇੱਕ ਜਾਂ 2 ਘੰਟੇ ਦੀ ਛੁੱਟੀ ਕੀਤੀ ਗਈ ਹੈ ਪੂਰੀ ਛੁੱਟੀ ਕਿਤੇ ਕਿਤੇ ਵੀ ਨਹੀਂ ਹੈ ਦਰਅਸਲ ਅੱਜ ਰਖੜੀ ਦਾ ਤਿਉਹਾਰ ਹੈ ਜਿਸ ਨੂੰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਬਹੁਤ ਸਾਰੇ ਲੋਕ ਰਖੜੀ ਦੇ ਇਸ ਤਿਉਹਾਰ ਨੂੰ ਮਨਾਉਂਦੇ ਨੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਨੇ ਹਾਲਾਂਕਿ ਸਿੱਖ ਧਰਮ ਦੇ ਵਿੱਚ ਰਖੜੀ ਦੇ ਤਿਉਹਾਰ ਨੂੰ ਕੋਈ ਮੰਨਤਾ ਨਹੀਂ ਹੈ ਪਰ ਰਖੜੀ ਦੇ ਤਿਉਹਾਰ ਦੇ ਨਾਲ ਭਾਰਤ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਤੇ ਤਿਉਹਾਰਾਂ ਦੇ ਸੀਜ਼ਨ ਦਰਮਿਆਨ ਇੱਕ ਝਟਕੇ ਵਾਲੀ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਦੇਸ਼ ਦੇ ਵਿੱਚ ਆਟੇ ਤੇ ਮੈਦੇ ਤੋਂ ਬਣਨ ਵਾਲੇ ਉਤਪਾਦਾਂ ਦੀਆਂ ਕੀਮਤਾਂ ਵੱਧ ਗਈਆਂ ਨੇ ਤਿਹਾੜੀ ਸੀਜ਼ਨ ਮਹਿੰਗਾ ਹੀ ਰਹੇਗਾ ਦਾਲਾਂ ਦੇ ਭਾਅ ਵੀ ਅਸਮਾਨ ਨੂੰ ਛੂਣ ਲੱਗੇ ਨੇ ਕਣਕ ਦੇ ਭਾਅ ਵਿੱਚ 600 ਰੁਪਏ ਤੋਂ ਲੈ ਕੇ 700 ਰੁਪਏ ਪ੍ਰਤੀ ਕੁਇੰਟਲ ਦੀ ਤੇਜ਼ੀ ਆ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਜਿਹਾ ਕਣਕ ਦੀ ਕਮੀ ਕਰਕੇ ਹੋਇਆ ਹੈ ਕਣਕ ਦੀ ਭਾਰੀ ਕਮੀ ਨਾਲ ਤਿਹਾਰੀ ਸੀਜ਼ਨ ਦੇ ਵਿੱਚ ਲੋਕਾਂ ਦੀਆਂ ਜੇਬਾਂ ਤੇ ਅਸਰ ਪਊਗਾ ਪਰ ਕਈ ਧਾਲਾਂ ਦੀਆਂ ਵਧੀਆਂ ਕੀਮਤਾਂ ਲੋਕਾਂ ਦੇ ਪਸੀਨੇ ਛੁੜਾ ਦੇਣਗੀਆਂ ਬਾਜ਼ਾਰ ਦੀ ਭਵਿੱਖਬਾਣੀ ਕਹਿੰਦੀ ਹੈ ਕਿ ਚਿੱਟੇ ਛੋਲਿਆਂ ਦਾ ਭਾਅ ਆਉਣ ਵਾਲੇ ਸਮੇਂ 'ਚ 200 ਰੁਪਏ ਪ੍ਰਤੀ ਕਿੱਲੋ ਤੱਕ ਜਾ ਸਕਦਾ ਹੈ ਛੋਲਿਆਂ ਦੀ ਦਾਲ 25 ਦਿਨ ਪਹਿਲਾਂ 72 ਰੁਪਏ ਪ੍ਰਤੀ ਕਿਲੋ ਸੀ ਇਹ ਹੁਣ 96 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਕਾਲੇ ਛੋਲੇ 67 ਦੀ ਥਾਂ 92 ਰੁਪਏ ਪ੍ਰਤੀ ਕਿਲੋ 80 ਵਾਲਾ ਬੇਸਣ ਹੁਣ 100 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਕੱਲ ਨੂੰ ਛੁੱਟੀ ਰਹੇਗੀ ਸਰਕਾਰ ਨੇ ਮਰਹੂਮ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਕੱਲ ਨੂੰ ਸੰਗਰੂਰ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ डीसी ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਜਿਨ੍ਹਾਂ ਮੁਤਾਬਕ ਸੰਤ ਹਰਚੰਦ ਸਿੰਘ ਲੌਂਗਵਾਲ ਦੀ ਵਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਸਤਕਾਰ ਵਜੋਂ ਜ਼ਿਲ੍ਹਾ ਸੰਗਰੂਰ ਦੇ ਸਾਰੇ ਸਰਕਾਰੀ ਅਰਧ ਸਰਕਾਰੀ ਦਫ਼ਤਰ ਸਰਕਾਰੀ ਤੇ ਪ੍ਰਾਈਵੇਟ ਸਕੂਲ ਕਾਲਜ ਯੂਨੀਵਰਸਟੀਆਂ ਸਾਰੇ ਵਿਦਿਅਕ ਅਦਾਰੇ ਸराई ਸਰਕਾਰੀ ਪ੍ਰਾਈਵੇਟ ਦਫ਼ਤਰ ਬੈਂਕਾਂ ਦੇ ਵਿੱਚ ਕੱਲ ਨੂੰ ਛੁੱਟੀ ਰਹੇਗੀ ਹਾਲਾਂਕਿ ਜਿਹੜੇ ਵਿਦਿਅਕ ਅਦਾਰਿਆਂ ਦੇ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਨੇ ਉਹਨਾਂ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ। ਹਰਿਆਣਾ ਦੀ ਭਾਜਪਾ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸਰਕਾਰੀ ਭਰਤੀ ਦੇ ਵਿੱਚ ਔਰਤਾਂ ਦੀ ਛਾਤੀ ਮਾਪਣ ਤੇ ਰੋਕ ਲਾ ਦਿੱਤੀ ਹੈ। ਨਿਯਮਾਂ ਦੇ ਵਿੱਚ ਬਦਲਾਅ ਕਰਦੇ ਹੋਏ ਹਰਿਆਣਾ ਦੀ ਭਾਜਪਾ ਸਰਕਾਰ ਨੇ ਫੈਸਲਾ ਲਿਆ ਕਿ ਹੁਣ ਜੰਗਲਾਤ ਵਿਭਾਗ ਵਿੱਚ ਰੇਂਜਰ, ਡਿਪਟੀ ਰੇਂਜਰ ਤੇ ਹੋਰ ਅਸਾਮੀਆਂ ਦੇ ਲਈ ਔਰਤਾਂ ਦੇ ਸਰੀਰਕ ਟੈਸਟ ਜਿਸ ਨੂੰ PMT ਕਿਹਾ ਜਾਂਦਾ ਹੈ ਉਸ ਦੇ ਵਿੱਚ ਛਾਤੀ ਨਹੀਂ ਮਾਪੀ ਜਾਵੇਗੀ। ਸਰਕਾਰ ਨੇ ਇਹ ਸ਼ਰਤ ਹਟਾ ਦਿੱਤੀ ਹੈ। ਲੰਗੇ ਸਾਲ 2023 ਦੇ ਜੁਲਾਈ ਮਹੀਨੇ ਦੇ ਵਿੱਚ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਜੰਗਲਾਤ ਵਿਭਾਗ ਵਿੱਚ ਭਰਤੀ ਦੇ ਲਈ ਇਹ ਨਵਾਂ ਨਿਯਮ ਜੋੜਿਆ ਸੀ ਜਿਸ ਦਾ ਵਿਰੋਧੀ ਪਾਰਟੀਆਂ ਨੇ ਵਿਰੋਧ ਵੀ ਕੀਤਾ ਸੀ ਸਰਕਾਰ ਦੀ ਨੀਅਤ ਤੇ ਸਵਾਲ ਚੁੱਕੇ ਸਨ ਕਾਂਗਰਸ ਲੀਡਰ ਰਣਦੀਪ ਸੁਰਜੀਵਾਲਾ ਨੇ ਵੀ ਸਰਕਾਰ ਤੋਂ ਨਿਯਮਾਂ 'ਚ ਬਦਲਾਅ ਦੀ ਮੰਗ ਕੀਤੀ ਸੀ ਔਰਤਾਂ ਦੀਆਂ ਜਥੇਬੰਦੀਆਂ ਨੇ ਵੀ ਇਸ ਨਿਯਮ ਦੀ ਤਿੱਖੀ ਆਲੋਚਨਾ ਕੀਤੀ ਸੀ ਅੱਜ ਦੇ ਦਿਨ ਦਾ ਇੱਕ ਰੋਚਕ ਇਤਿਹਾਸ ਵੀ ਦੱਸ ਦਿੰਨੇ ਹਾਂ ਕਿ ਅੱਜ ਦੇ ਦਿਨ 19 ਅਗਸਤ 1757 ਦੇ ਵਿੱਚ ਦੇਸ਼ 'ਚ ਪਹਿਲੀ ਵਾਰੀ 1 ਰੁਪਏ ਦਾ ਸਿੱਕਾ ਜਾਰੀ ਹੋਇਆ ਸੀ ਕੋਲਕਾਤਾ ਦੇ ਵਿੱਚ ਇਸ ਸਿੱਕੇ ਨੂੰ ਜਾਰੀ ਕੀਤਾ ਗਿਆ ਸੀ ਤੇ ਸ਼ੁਰੂਆਤੀ ਇਸ ਇੰਡੀਆ ਕੰਪਨੀ ਨੇ ਕੀਤੀ ਸੀ ਸਤਾਨਾ ਸੋਸਤਵੰਜਾ ਵਿੱਚ ਪਲਾਸੀ ਦੀ ਲੜਾਈ ਵਿੱਚ ਜਿੱਤਣ ਤੋਂ ਬਾਅਦ ਕੰਪਨੀ ਨੇ ਬੰਗਾਲ ਦੇ ਨਵਾਬ ਦੇ ਨਾਲ ਸੰਧੀ ਕੀਤੀ ਸੀ ਸੰਧੀ ਤਹਿਤ ਕੰਪਨੀ ਨੂੰ ਸਿੱਕੇ ਬਣਾਉਣ ਦਾ ਅਧਿਕਾਰ ਮਿਲ ਗਿਆ ਤੇ ਕੰਪਨੀ ਨੇ ਕੋਲਕਾਤਾ ਵਿੱਚ ਟਕਸਾਲ ਯਾਨੀ ਕਿ ਸਿੱਕੇ ਬਣਾਉਣ ਦੀ ਫੈਕਟਰੀ ਦੀ ਸਥਾਪਨਾ ਕੀਤੀ ਸੀ ਉਸ ਵਕਤ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ 1 ਰੁਪਏ ਦੇ ਸਿੱਕੇ ਤੇ ਕੁਈਨ ਵਿਕਟੋਰੀਆ ਦੀ ਤਸਵੀਰ ਛਪਦੀ ਹੁੰਦੀ ਸੀ ਤੇ ਅੰਗਰੇਜ਼ਾਂ ਤੋਂ ਮੁਲਕ ਆਜ਼ਾਦ ਹੋਣ ਤੋਂ ਬਾਅਦ 1 ਰੁਪਏ ਦੇ ਸਿੱਕੇ ਤੇ ਇਸ ਤਸਵੀਰ ਨੂੰ ਬਦਲ ਦਿੱਤਾ ਗਿਆ ਸੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੱਲ 400 ਤੋਂ ਵੱਧ પેટ્રોલ ਪੰਪ ਬੰਦ ਰਹੇ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ પેટ્રોલ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਯੂਨੀਅਨ ਦੇ ਵੱਲੋਂ ਫਿਲਹਾਲ ਸਿਰਫ ਲੁਧਿਆਣਾ ਜ਼ਿਲ੍ਹੇ ਦੇ પેટ્રોલ ਪੰਪ ਬੰਦ ਕੀਤੇ ਗਏ ਨੇ ਇਸ ਤੋਂ ਬਾਅਦ ਸਾਰੇ ਪੰਜਾਬ ਦੇ પેટ્રોલ ਪੰਪ ਐਤਵਾਰ ਨੂੰ ਬੰਦ ਰਿਹਾ ਕਰਨਗੇ ਦਰਅਸਲ ਇਹਨਾਂ ਦੀਆਂ ਕੁਝ ਮੰਗਾਂ ਨੇ ਜੋ ਕਾਫੀ ਵਾਰੀ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਕਹਿੰਦੇ ਪੂਰੀਆਂ ਨਹੀਂ ਕੀਤੀਆਂ ਤੇ ਰੱਖੜੀ ਦੇ ਤਿਹਾਰ ਤੋਂ ਇੱਕ ਦਿਨ ਪਹਿਲਾਂ ਕੱਲ ਜਦੋਂ ਪੈਟਰੋਲ ਪੰਪ ਪੂਰੇ ਜ਼ਿਲ੍ਹੇ ਦੇ ਵਿੱਚ ਬੰਦ ਰਹੇ ਤਾਂ ਆਮ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੇ ਆਪਣੇ ਵਾਹਨਾਂ ਦੇ ਵਿੱਚ ਤੇਲ ਨਹੀਂ ਭਰਵਾਏ ਸੀ ਉਹ ਖਾਸੇ ਨਰਾਜ਼ ਨਜ਼ਰ ਆਏ ਪੰਪ ਦੇ ਸੰਚਾਲਕਾਂ ਨੇ ਪੈਟਰੋਲ ਪੰਪਾਂ ਦੀ ਬਾਉਂਡਰੀ ਲਾਈਨ ਤੇ ਕੱਲ ਬੈਰੀਕੇਡਿੰਗ ਕਰਕੇ ਵਾਨਾ ਦੀ ਐਂਟਰੀ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਸੀ ਹੁਣ ਪੈਟਰੋਲ ਪੰਪ ਯੂਨੀਅਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਪੈਟਰੋਲ ਪੰਪ ਮਾਲਕਾਂ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਸੁਨੇਹੇ ਪਹੁੰਚਾਏ ਜਾ ਰਹੇ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪੈਟਰੋਲ ਪੰਪ ਨੂੰ ਹਰ ਐਤਵਾਰ ਬੰਦ ਰੱਖਿਆ ਕਰੀਏ